किसान वीरों ते भैणों जय हिंद। लैके हाजिर हाँ तुहाडा पसंदीदा प्रोग्राम मेरा पिंड मेरे खेत। जिवें इह तां तुसीं सारे जाणदे ही हो कि इस प्रोग्राम च असीं वख-वख विशेयां दे वख-वख माहरां नूं बुलाउंदे रहीदा ते अज जिहड़े माहर साडे कोल आए है उह एक रवायती खेती एक रवायती खाण पीण तों कुछ अलग करदे है ते उह माहर है संदीप कौर जिहड़े साडे कोल जैतों जिला फरीदकोट तों आए आ। सारियां तों पहलां उन्हां नूं जी आयां कहीए। जय हिंद जी संदीप कौर। जय हिंद जी लपिंदर जी। जय हिंद तेजपाल जी। जय हिंद। जय हिंद। ते संदीप जी अज आए अपने जी जी तेजपाल जी है जी। ये कहिंदे पे मैं जिद्दां बाकी लोग कणक खाई जांदे आ इदां नहीं हुण खाण देनी जी। इन्हां ने कुछ अलग जी करन दी कोशिश कीती आ जी तेजपाल जी। मिलट्स जिहनूं आपां मोटा अनाज कहिंदे आ जी उहदे बारे इन्हां नाल अज आपां गल्लबात करनी आ। संदीप जी ਪਰਨਾ ਗੱਲਬਾਤ ਕਰਦੇ ਆ ਜੀ। ਅੱਛਾ ਤੁਸੀਂ ਸੁਣਾਓ ਕਿ ਐ ਕੀ ਹਾਲ ਚਾਲ ਆ। ਬਹੁਤ ਦਿਨ ਹੋ ਗਿਆ ਮੈਂ ਕਿਹਾ ਅੱਜ ਮਿਲ ਕੇ ਆਈਏ ਤੇਜਪਾਲ ਜੀ ਨੂੰ। ਨੇ ਚੰਗਾ ਕੀਤਾ ਵੈਸੇ ਤਾਂ ਤੁਸੀਂ ਬਹੁਤ ਅੱਜ ਕੱਲ ਮਿਹਨਤ ਵੀ ਬੜੀ ਕਰਦੇ ਆ ਜੀ ਬਿਲਕੁਲ। ਤੁਹਾਡੇ ਕੋਲ ਟਾਈਮ ਕਿੱਥੇ ਆ? ਹਾਂ ਬਿਲਕੁਲ ਅੱਜ ਕੱਲ ਬਿਜੀ ਚੱਲ ਰਿਹਾ ਥੋੜਾ ਜਿਹਾ। ਨਹੀਂ ਬਿਜੀ ਚੱਲਦਾ ਤੇ ਦੂਜਾ ਜਿੰਨਾ ਟਾਈਮ ਮੈਨੂੰ ਲੱਗਦਾ ਵੀ ਵਿਹਲਾ ਹੁੰਦਾ ਆ ਜੀ। ਆ ਜਿਹੜੇ ਨਵੀਆਂ ਚੀਜ਼ਾਂ ਆ ਗਈਆਂ ਨਾ ਜੀ ਜਿਹਨੂੰ ਆਪਾਂ ਕੰਪਿਊਟਰ ਕਹਿ ਦੇਈਦਾ ਜਿਹਨੂੰ ਆਪਾਂ ਫੋਨ ਕਹਿ ਦੇਈਦਾ ਜੀ ਜੀ ਇੱਕ ਤਾਂ ਇਹ ਨਹੀਂ ਸਾਹ ਲੈਣ ਦਿੰਦੇ ਸਾਨੂੰ। ਬਿਲਕੁਲ ਸਾਰਾ ਦਿਨ ਵੱਜੀ ਜਾਂਦੇ ਘੰਟੀਆਂ ਵੱਜੀ ਜਾਂਦੇ। ਹਾਂ ਸੋ ਇਹ ਜਿਹੜਾ ਨਾ ਇਹ ਬੜਾ ਵੈਸੇ ਆਪਾਂ ਦੇਖਿਆ ਜਾਏ ਚਲੋ ਆਪਾਂ ਤੇ ਕੰਮ ਕਾਰ ਵਾਲੇ ਬੰਦੇ ਹਾਂ ਜੀ ਆਪਾਂ ਫਿਰ ਵੀ ਮਾੜਾ ਮੋਟਾ ਖਿਆਲ ਰੱਖੀਦਾ ਜੀ ਪਰ ਇਹ ਜਿਹੜੀ ਚੀਜ਼ ਹੈਗੀ ਆ ਨਾ ਇਹ ਬੱਚਿਆਂ 'ਚ ਵੀ ਬਹੁਤ ਜ਼ਿਆਦਾ ਹੋ ਗਈ ਆ। ਤੇਜਪਾਲ ਜੀ ਦੇਖੋ ਮੋਬਾਈਲ ਦੀ ਜੇ ਆਪਾਂ ਗੱਲ ਕਰੀਏ ਇਹਦੇ ਫਾਇਦੇ ਵੀ ਨੇ ਪਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਇਹਦਾ ਜ਼ਿਆਦਾ ਯੂਜ਼ ਕਰਨ ਲੱਗ ਪਈ ਆ। ਜ਼ਿਆਦਾ ਯੂਜ਼ ਕਰਨ ਦੇ ਨਾਲ ਉਹਨਾਂ ਦੀਆਂ ਅੱਖਾਂ 'ਤੇ ਪ੍ਰਭਾਵ ਪੈ ਰਿਹਾ ਜਿਹੜਾ ਸਭ ਤੋਂ ਸਿਹਤ ਬਹੁਤ ਜਿਹੜੀ ਆ ਉਹ ਡਿਸਟਰਬ ਹੋ ਰਹੀ ਆ। ਹਾਲਾਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਬਣੀਆਂ ਸੀਗੀਆਂ ਜੀ ਇਹ ਸਾਡੀ ਸਹੂਲਤ ਲਈ ਬਣੀਆਂ ਸੀ। ਬਿਲਕੁਲ ਇਹਦੇ ਤੋਂ ਸਾਨੂੰ ਬਹੁਤ ਸਾਰੇ ਲਾਭ ਹੋ ਸਕਦੇ ਸੀ ਤੇ ਹੁੰਦੇ ਵੀ ਆ। ਹਾਂ ਹੈ ਬਿਲਕੁਲ ਜੀ ਪਰ ਅਸੀਂ ਇਹਨਾਂ ਦੀ ਆਦਤ ਇੰਨੀ ਵਧਾ ਲਈ ਵੀ ਅਸੀਂ ਉਹ ਜਿਹੜੇ ਲਾਭ ਆ ਉਹਦੇ ਨਾਲੋਂ ਹਾਨੀਆਂ ਵਧਾ ਰਹੇ ਹਾਂ। ਜੀ ਜੀ ਜੀ। ਸੋ ਇਹ ਵੀ ਇੱਕ ਮਾਨਸਿਕ ਨਸ਼ਾ ਹੈ ਜੀ। ਮਾਨਸਿਕ ਨਸ਼ਾ ਆ ਨਾ ਆਪਾਂ ਦੇਖਦੇ ਹਾਂ ਮੋਟਰਸਾਈਕਲ ਤੇ ਉਹ ਲਾਏ ਹੁੰਦੇ ਆ ਉਹ ਲਾ ਕੇ ਉਹ ਲਾਈਟ ਵੀ ਕ੍ਰੋਸ ਕਰ ਜਾਂਦੇ ਆ ਉਹ ਦੇਖਦੇ ਨਹੀਂ ਬਈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਲਾਈਟ ਹੋ ਗਈ ਕਿ ਨਹੀਂ ਹੋ ਗਈ। ਬੰਦੇ ਕਈ ਵਾਰੀ ਨੱਠੇ ਜਾਣਗੇ ਜੀ ਹੈ ਬਿਲਕੁਲ ਪੁੱਛੀਦਾ ਵੀ ਕਾਹਤੇ ਕੀ ਤੂੰ ਹੁਣੇ ਤਾਂ ਆਇਆ ਹੁਣੇ ਨੱਠਾ ਚੱਲਣਾ ਜੀ ਉਹ ਮੇਰਾ ਫੋਨ ਰਹਿ ਗਿਆ ਜੀ ਬਸ ਬਸ ਮਤਲਬ ਇਸ ਚੀਜ਼ ਦੀ ਸਾਨੂੰ ਜਿੱਦਾਂ ਸਾਡਾ ਕੋਈ ਸਰੀਰ ਦਾ ਅੰਗ ਨਹੀਂ ਰਹਿ ਗਿਆ ਹੁੰਦਾ ਬਿਲਕੁਲ ਬਿਲਕੁਲ ਉਹ ਸਾਡਾ ਹਾਲ ਹੋ ਗਿਆ ਅਸੀਂ ਇਸ ਚੀਜ਼ ਤੋਂ ਬਿਨਾਂ ਕੁਛ ਟਾਈਮ ਦੇ ਲਈ ਵੀ ਸਾਨੂੰ ਮਾਨਸਿਕ ਤੌਰ ਤੇ ਉਹ ਚੀਜ਼ ਇੰਨੀ ਪਰੇਸ਼ਾਨ ਕਰ ਦਿੰਦੀ ਆ ਬਿਲਕੁਲ ਸਾਨੂੰ ਇੱਦਾਂ ਲੱਗਦਾ ਵੀ ਇਹਦੇ ਵਿੱਚ ਪਤਾ ਨਹੀਂ ਕੀ ਆ ਗਿਆ ਬਿਲਕੁਲ ਹੈ ਨਾ ਹਰ 2 ਮਿੰਟ ਬਾਅਦ ਇਹਨੂੰ ਖੋਲ ਕੇ ਦੇਖਦੇ ਜੀ 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 ਹਰ 4 ਮਿੰਟ ਬਾਅਦ ਇਹਦੇ ਤੇ ਉੱਤੇ ਚੈੱਕ ਕਰਨਾ ਵੀ ਭਾਈ ਕੋਈ ਮੈਸੇਜ ਆ ਗਿਆ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਬਿਲਕੁਲ ਬੱਚਿਆਂ ਲਈ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਪੱਧਰ ਤੇ ਇਹਦਾ ਕੰਮ ਪਹੁੰਚ ਚੁੱਕਾ ਆ। ਸੋ ਇਹ ਗੱਲਾਂ ਬਾਤਾਂ ਆ ਇਹ ਸਾਰਾ ਕੁਝ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਨਾ ਕਿਸੇ ਵੀ ਚੀਜ਼ ਦੀ ਇੰਨੀ ਆਦਤ ਨਾ ਪਾਓ ਕਿ ਉਹ ਸਾਡੇ ਮਾਨਸਿਕ ਤੌਰ ਤੇ ਬਿਲਕੁਲ ਹਾਵੀ ਹੋ ਜਾਵੇ ਤੇ ਨਾਲ ਇਹ ਸਾਡੀ ਸਿਹਤ ਤੇ ਅਸਰ ਪਵੇ ਜੀ। ਸੋ ਆਪਣੇ ਕੋਲ ਸੰਦੀਪ ਜੀ ਆਏ ਆ ਜੀ ਜੀ ਬਿਲਕੁਲ ਸੰਦੀਪ ਜੀ ਨਾਲ ਆਪਾਂ ਹੁਣ ਗੱਲ ਕਰਨੀ ਆ। ਸੰਦੀਪ ਜੀ ਤੁਹਾਡੇ ਨਾਲ ਜਿਹੜੀ ਅੱਜ ਅਸੀਂ ਗੱਲ ਕਰਨੀ ਹੈਗੀ ਆ ਉਹ ਹੈਗੀ ਆ ਪੰਜਾਬ ਵਿੱਚ ਮਿਲਟਸ ਦੀ ਖੇਤੀ ਹੈ ਮੋਟੇ ਅਨਾਜ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਹਾਂਜੀ ਹੁੰਦੇ ਕੀ ਹੈ ਉਹ ਸਾਡੇ ਲੋਕੀ ਤਾਂ ਇਹੀ ਭੁੱਲ ਗਏ ਹਨਾ ਜਦਕਿ ਇਹ ਸਾਡਾ ਕਹਿੰਦੇ ਵੀ ਪੁਰਾਣੇ ਸਮਿਆਂ ਦੇ ਵਿੱਚ ਸਾਡਾ ਇਹ ਰੋਜ਼ ਦਾ ਖਾਣ ਪੀਣ ਸੀਗਾ ਬਿਲਕੁਲ ਤੇ ਹੁਣ ਲੋਕਾਂ ਨੂੰ ਇਹੀ ਨਹੀਂ ਪਤਾ ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਜਾਣਨ ਵਾਲਿਆਂ ਨੂੰ ਇਹ ਦੱਸੋ ਵੀ ਭਾਈ ਮਿਲਟਸ ਹੁੰਦੇ ਕੀ ਆ ਅਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਜਿਹੜੀਆਂ ਹੁੰਦੀਆਂ ਕਿਹੜੇ ਕਿਹੜੇ ਅਨਾਜ ਹੁੰਦੇ ਆ ਹਾਂਜੀ ਮਿਲਟਸ ਜੀ ਸਾਡੇ ਮੂਲ ਅਨਾਜ ਨੇ ਜਿਨ੍ਹਾਂ ਨੂੰ ਆਪਣੇ ਮੂਲ ਅਨਾਜ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਔਰ ਸਾਡੇ ਦੇਸ਼ ਦੇ ਵਿੱਚ ਕਈ ਸਦੀਆਂ ਤੋਂ ਇਹ ਅਨਾਜ ਚੱਲੇ ਆ ਰਹੇ ਆ ਹੁਣ ਜਿਹੜਾ ਆਮ ਚੱਲਦੇ ਆ ਉਹ ਬਾਜਰਾ ਹੋ ਗਿਆ ਰਾਗੀ ਹੋ ਗਈ ਜਿਹਨੂੰ ਥੋੜਾ ਬਹੁਤ ਲੋਕ ਜਾਣਦੇ ਆ ਜਵਾਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਥੋੜਾ ਬਹੁਤ ਜਾਣਦੇ ਆ ਇਸ ਤੋਂ ਵੀ ਹੋਰ ਪੁਰਾਣੇ ਜਿਹੜੇ ਪੰਜਾਬ ਦੇ ਵਿੱਚ ਇੱਕ ਕੋਦਰੇ ਨੂੰ ਜਾਣਦੇ ਨੇ ਲੋਕ ਕਿਉਂਕਿ ਬਾਬਾ ਨਾਨਕ ਦੀਆਂ ਸਾਖੀਆਂ ਦੇ ਵਿੱਚ ਕੋਦਰਾ ਆਉਂਦਾ ਹੈ ਹਾਂਜੀ ਇਸ ਕਰਕੇ ਕੋਦਰੇ ਬਾਰੇ ਥੋੜੀ ਬਹੁਤ ਜਾਣਕਾਰੀ ਹੈ ਵਾ ਜਿਹੜੇ ਬਜ਼ੁਰਗ ਨੇ ਕਰੀਬ 60-70 ਸਾਲ ਦੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕੰਗਣੀ ਦੀ ਜਾਣਕਾਰੀ ਹੈ ਵਾ ਅੱਜ ਦੀ ਪੀੜ੍ਹੀ ਨੂੰ ਤੇ ਇਹਨਾਂ ਕਿਸੇ ਬਾਰੇ ਜਾਣਕਾਰੀ ਹੈ ਨਹੀਂ ਪਰ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਕੰਗਣੀ ਦੀ ਜਾਣਕਾਰੀ ਹੈ ਹੀ ਉਹਨਾਂ ਨੂੰ ਕੋਦਰੇ ਦੀ ਜਾਣਕਾਰੀ ਹੈ ਹੀ ਸਵਾਂਕ ਅਜੇ ਵੀ ਸਾਡੇ ਵਰਤਾਂ ਦੇ ਵਿੱਚ ਵਰਤਿਆ ਜਾਂਦਾ ਹੈ ਵਰਤ ਤਿਉਹਾਰਾਂ ਦੇ ਵਿੱਚ ਸਵਾਂਕ ਦੀ ਖਿਚੜੀ ਸਵਾਂਕ ਦਾ ਖੀਰ ਬਣਾਈ ਜਾਂਦੀ ਹੈ ਵਰਤਾਂ ਦੇ ਵਿੱਚ ਜੀ ਇਸ ਤੋਂ ਇਲਾਵਾ
कुछ होर जिहड़े अनाज है जिन्हों की असी कुटकी आने हरी कंगनी है चीना है ये अनाज भी मिलट्स दे विच ही आउंदे है जिन्हां नूं असी मूल अनाज कहिंदे आ। इह साडे पुराने रिवायती अनाज ने जिहड़े कि पुराने टाइम दे विच साडे बजुर्ग इहो ही अनाज खांदे हुंदे सी। कणक सिर्फ कोई प्रौणा आ गया ओहदे वास्ते कणक दा इस्तेमाल हुंदा ही, नहीं ते कणक घर विच उस तरह इस्तेमाल हुंदी नहीं। और ओह जिहड़ी कणक उदों भी इस्तेमाल हुंदी ही ओह भी साडी देसी वैरायटियां हुंदियां ही। अज की जिहड़ी कणक है एक तो वह देसी तो है ही नहीं है बिल्कुल, और जिहड़ी कणक मिल रही है वह भी पूरी हाइब्रिड कणक है। और सारा टाइम असी सिर्फ कणक चौल साडा जिहड़ा भोजन की विविधता ही वह खत्म हो गई अज। तो ये साडे पुराने अनाज ने जिहड़े कि असी बहुत ज़्यादा इस्तेमाल करते हुंदे हां। बिल्कुल बिल्कुल, इहदा मतलब तुसीं इह कह रहे हो कि साडे जिहड़े खाण पीण की वनगी सी ਉਹ ਖਤਮ ਹੋ ਗਈ ਤੇ ਅਸੀਂ ਬਿਲਕੁਲ ਇੱਕ ਜਾਂ ਦੋ ਚਾਰ ਅਨਾਜ ਦੇ ਉੱਤੇ ਆ ਕੇ ਟਿਕ ਗਏ। ਜੀ 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 ਜੀ, ਹੁਣ ਤੇ ਬਿਲਕੁਲ ਹੀ ਨਹੀਂ ਰਹਿ ਗਿਆ ਕਿਉਂਕਿ ਕਣਕ ਔਰ ਚੌਲ ਹੀ ਰਹਿ ਗਏ ਹੈ। ਔਰ ਉਸ ਤੋਂ ਇਲਾਵਾ ਸਿਆਲ ਵਿੱਚ ਥੋੜੀ ਬਹੁਤ ਮੱਕੀ, ਉਹ ਵੀ ਕਦੀ ਕਦਾਈ ਉਹ ਵੀ ਅੱਜ ਕੱਲ੍ਹ ਲੋਕ ਭੁੱਲ ਚੁੱਕੇ ਆ। ਸ਼ਹਿਰਾਂ 'ਚ ਤਾਂ ਬਿਲਕੁਲ ਭੁੱਲ ਚੁੱਕੇ ਆ, ਪਿੰਡਾਂ 'ਚ ਫਿਰ ਵੀ ਥੋੜਾ ਬਹੁਤ ਮੱਕੀ ਲੋਕ ਸਾਗ ਦੇ ਨਾਲ ਬਣਾ ਲੈਂਦੇ ਮੱਕੀ ਦੀ ਰੋਟੀ। ਸ਼ਹਿਰਾਂ ਦੇ ਵਿੱਚ ਤਾਂ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਕੋਈ ਬਣਾਉਂਦਾ ਹੀ ਹੋਏਗਾ, ਕਿਤੇ ਕਿਸੇ ਘਰ ਵਿੱਚ ਬਣਦੀ ਹੋਏਗੀ। ਜਿਹੜਾ ਸਾਡੇ ਭੋਜਨ ਦੀ ਵਿਵਿਧਤਾ ਹੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਔਰ ਸਾਡੇ ਸਰੀਰ ਨੂੰ ਬੜੇ ਸਾਰੇ ਤੱਤਵ ਚਾਹੀਦੇ ਆ ਸਵਸਥ ਰਹਿਣ ਵਾਸਤੇ, ਉਹ ਚੀਜ਼ਾਂ ਖਤਮ ਹੋ ਚੁੱਕੀਆਂ। ਇੱਕੋ ਤਰ੍ਹਾਂ ਦਾ ਅਨਾਜ ਦਿਨ ਰਾਤ ਅਸੀਂ ਇੱਕੋ ਚੀਜ਼ ਖਾਈ ਜਾ ਰਹੇ ਜੀ। ਆ ਤੇ ਗੱਲ ਹੈਗੀ ਇਦਾਂ ਲੁਪਿੰਦਰ ਜੀ, ਇਹ ਜਿਹੜੇ ਅਨਾਜ ਆ ਨਾ ਬਿਲਕੁਲ ਇਹਨਾਂ ਦੇ ਫਾਇਦੇ ਬੜੇ ਆ। ਇਹ ਉਦਾਂ ਹੀ ਥੋੜੀ ਕਿਤੇ ਆਪਣੇ ਜਿਹੜੇ ਪੁਰਾਣੇ ਸਮੇਂ ਵਿੱਚ ਦੇਖੀਏ ਸਿਹਤਾਂ ਕਿੰਨੀਆਂ ਚੰਗੀਆਂ ਸੀ, ਬਹੁਤ ਵਧੀਆ, ਉਮਰਾਂ ਲੰਬੀਆਂ ਹੁੰਦੀਆਂ ਸੀ ਬਿਲਕੁਲ, ਹੈ ਜੀ। ਤੇ ਅਨਾਜ ਦਾ ਇਹਦਾ ਫਾਇਦਾ ਤੇ ਕੋਈ ਹੋਊਗਾ ਹੀ ਨਾ, ਬਿਲਕੁਲ ਜਾਣਨਾ ਵੀ ਚਾਹੀਦਾ। ਬਿਲਕੁਲ ਜੀ, ਜ਼ਰੂਰੀ ਆ, ਬਿਲਕੁਲ ਜੀ। ਸੰਦੀਪ ਜੀ, ਆਪਾਂ ਜਿਹੜੀ ਰਵਾਇਤੀ ਖੇਤੀ ਹੋ ਰਹੀ ਹੈ, ਕਣਕ ਝੋਨੇ ਦਾ ਫਸਲੀ ਚੱਕਰ ਹੈ, ਔਰ ਕਦੀ ਕਦੀ ਅਸੀਂ ਥੋੜ੍ਹਾ ਜਿਹਾ ਵਿਭਿੰਨਤਾ ਦੇ ਵੱਲ ਵੀ ਜਾਂਦੇ ਹਾਂ ਕਿਉਂਕਿ ਇਹਦੇ ਬਹੁਤ ਸਾਰੇ ਕਾਰਨ ਨੇ। ਆਪਾਂ ਵਪਾਰਕ ਪੱਧਰ 'ਤੇ ਗੱਲ ਕਰ ਲਈਏ ਵੀ ਸਾਨੂੰ ਜਿਹੜਾ ਰੇਟ ਵਧੀਆ ਮਿਲਦਾ ਆ ਸਾਨੂੰ ਅਸੀਂ ਉਹਦੇ ਵੱਲ ਹੀ ਤੁਰਦੇ ਹਾਂ, ਰਾਈਟ ਜੀ। ਪਰ ਜਿਹੜਾ ਹੁਣ ਮਿਲਟਸ ਆ ਤੁਸੀਂ ਦੱਸ ਰਹੇ ਹੋ ਕਿ ਸਾਡੀ ਸਿਹਤ ਲਈ ਬਹੁਤ ਵਧੀਆ, ਜ਼ਰੂਰਤ ਕਿਉਂ ਇਹਦੀ ਇਸ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ, ਆਪਾਂ ਇਹਨੂੰ ਰਿਪਲੇਸ ਕਿੱਦਾਂ ਕਰ ਸਕਦੇ ਹਾਂ ਔਰ ਇਹਦੀ ਜ਼ਰੂਰਤ ਕਿਉਂ ਆਪਾਂ ਨੂੰ? ਲੁਪਿੰਦਰ ਜੀ, ਜ਼ਰੂਰਤ ਦੀ ਜਿਹੜੀ ਗੱਲ ਹੈ ਕਿ ਅੱਜ ਜੇ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਮਿਲਟਸ ਦੀ ਹੈ ਜੀ। ਉਹਦਾ ਕਾਰਨ ਸਿਰਫ ਇੱਕ ਨਹੀਂ ਹੈ, ਸਿਹਤ ਤਾਂ ਹੈ ਹੀ ਹੈ, ਬਹੁਤ ਵੱਡਾ ਮੁੱਦਾ ਹੈ ਅੱਜ ਸਿਹਤ ਦਾ। ਅੱਜ ਤੁਸੀਂ ਪੰਜਾਬ 'ਚ ਦੇਖੋ ਤਾਂ ਸ਼ੂਗਰ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਭੰਡਾਰ ਹੈ। ਔਰ ਸਭ ਤੋਂ ਜਿਹੜਾ ਪੰਜਾਬ ਜਿਹੜਾ ਸਟੇਟ ਹੈ ਉਹ ਸਭ ਤੋਂ ਜ਼ਿਆਦਾ ਬਿਮਾਰ ਸਟੇਟ ਦੀ ਗਿਣਤੀ ਦੇ ਵਿੱਚ ਹੈ ਵਾ ਜੀ। ਔਰ ਸਿਰਫ ਸਿਹਤ ਹੀ ਨਹੀਂ, ਮਿਲਟਸ ਦੀ ਲੋੜ ਇਸ ਕਰਕੇ ਵੀ ਬਹੁਤ ਜ਼ਰੂਰੀ ਹੈ ਕਿ ਅੱਜ ਸਾਡਾ ਜਿਹੜਾ ਪਾਣੀ ਦਾ ਲੈਵਲ ਹੈ ਜੀ ਜ਼ਮੀਨ ਦਾ, ਉਹ ਵੀ ਦਿਨੋ ਦਿਨ ਥੱਲੇ ਜਾ ਰਿਹਾ ਝੋਨੇ ਦੀ ਕਾਸ਼ਤ ਕਰਕੇ। ਇਸ ਕਰਕੇ ਜੇ ਅਸੀਂ ਵਾਤਾਵਰਨ ਦੀ ਸ਼ੁੱਧਤਾ ਦੇਖੀਏ, ਆਪਣੇ ਪਾਣੀ ਨੂੰ ਬਚਾਉਣ ਦੀ ਗੱਲ ਕਰੀਏ, ਆਪਣੀਆਂ ਸਿਹਤਾਂ ਨੂੰ ਬਚਾਉਣ ਦੀ ਗੱਲ ਕਰੀਏ, ਤਾਂ ਹਰ ਚੀਜ਼ ਵਾਸਤੇ ਅੱਜ ਮਿਲਟਸ ਦੀ ਬਹੁਤ ਜ਼ਿਆਦਾ ਲੋੜ ਹੈ। ਹੁਣ ਸੰਦੀਪ ਜੀ, ਜਦੋਂ ਆਪਾਂ ਕਿਸਾਨ ਦੇ ਤੌਰ 'ਤੇ ਸੋਚਦੇ ਹਾਂ, ਮੈਂ ਇੱਕ ਕਿਸਾਨ ਦੇ ਤੌਰ 'ਤੇ ਸੋਚਦਾ, ਅਤੇ ਉਹਦੇ ਵਿੱਚ ਸਾਰਿਆਂ ਤੋਂ ਪਹਿਲੀ ਗੱਲ ਆ ਵੀ ਇਹ ਜਿਹੜੇ ਤੁਸੀਂ ਮੋਟੇ ਅਨਾਜ ਕਹਿੰਦੇ ਆ, ਇਹਨਾਂ ਦੀ ਖੇਤੀ ਕਿੱਦਾਂ ਕੀਤੀ ਜਾ ਸਕਦੀ ਆ, ਕਦੋਂ ਕਿ ਬੀਜੇ ਜਾ ਸਕਦੇ ਆ, ਫਿਰ ਜਿੱਥੇ ਅਸੀਂ ਬੀਜਣੇ ਆ, ਕਿਉਂਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਧਰਤੀ ਹੈ, ਬਿਲਕੁਲ ਹੈ ਨਾ, ਇਹ ਸਾਰੇ ਪੰਜਾਬ 'ਚ ਅਸੀਂ ਉਗਾ ਸਕਦੇ ਹਾਂ, ਰੇਤਲੀ 'ਚ ਵੀ, ਮਹਿਰਾ 'ਚ ਵੀ, ਜਾਂ ਪੱਕੀ ਚਾਹੀ ਵਾਲੀ ਜ਼ਮੀਨ ਜਿਹੜੀ ਉਹ ਵੀ, ਮਤਲਬ ਇਹਦੇ ਸਾਰੇ ਪਾਸੇ ਦੀ ਖੇਤੀ ਹੋ ਸਕਦੀ ਹੈ। ਹਾਂਜੀ, ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕਿਹੋ ਜਿਹੀ ਜ਼ਮੀਨ, ਜ਼ਮੀਨ ਦਾ ਇਸ ਤਰ੍ਹਾਂ ਹੈ ਕਿ ਮਿਲਟਸ ਜਿਹੜੇ ਆ ਇਹ ਬੰਜ਼ਰ ਜ਼ਮੀਨ 'ਚ ਵੀ ਹੋ ਸਕਦੇ ਆ। ਅੱਛਾ ਜੀ। ਇਹਨੂੰ ਪਾਣੀ ਦੀ ਬਹੁਤ ਹੀ ਘੱਟ ਲੋੜ ਹੈ, ਜਿੰਨਾ ਘੱਟ ਪਾਣੀ ਲੱਗੇਗਾ ਉਨਾ ਹੀ ਜ਼ਿਆਦਾ ਇਹਦੀ ਕੁਆਲਿਟੀ ਵਧੀਆ ਹੁੰਦੀ ਹੈ। ਅੱਛਾ। ਦੂਸਰੀ, ਪੰਜਾਬ ਦੇ ਵਿੱਚ ਵੈਸੇ ਤਾਂ ਹਰ ਜਗ੍ਹਾ 'ਤੇ ਹੋ ਸਕਦੀ ਹੈ, ਇਨਫੈਕਟ ਪੂਰੇ ਹਿੰਦੁਸਤਾਨ 'ਚ ਹੀ ਮਿਲਟਸ ਦੀ ਖੇਤੀ ਹੋ ਜਾਂਦੀ ਹੈ ਜੀ, ਕਿਉਂਕਿ ਇਹ 10 ਡਿਗਰੀ ਤੋਂ ਲੈ ਕੇ 50 ਡਿਗਰੀ ਟੈਂਪਰੇਚਰ ਦੇ ਵਿੱਚ ਆਰਾਮ ਨਾਲ ਉਗਾਇਆ ਜਾ ਸਕਦਾ ਹੈ ਜੀ। ਤਾਂ ਇਸ ਕਰਕੇ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਮਿਲਟਸ ਉਗਾਏ ਜਾਂਦੇ ਆ, ਕੋਈ ਉਹਦੇ 'ਚ ਦਿੱਕਤ ਨਹੀਂ ਆਉਂਦੀ। ਬਸ ਇਹਦੇ 'ਚ ਸਿਰਫ ਇੱਕ ਦਿੱਕਤ ਆਉਂਦੀ ਹੈ ਕਿ ਜੇ ਇਹੋ ਜਿਹੀ ਜਗ੍ਹਾ ਹੈ ਜਿੱਥੇ ਪਾਣੀ ਦਾ ਠਹਿਰਾਓ ਬਹੁਤ ਜ਼ਿਆਦਾ ਹੈ ਜਾਂ ਬਾਰਿਸ਼ ਦਾ ਪਾਣੀ ਭਰ ਜਾਂਦਾ ਹੈ, ਉੱਥੇ ਇਹਦੀ ਇਹਨੂੰ ਥੋੜ੍ਹੀ ਜਿਹੀ ਦਿੱਕਤ ਆ ਸਕਦੀ, ਕਿਉਂਕਿ ਇਹਨੂੰ ਪਾਣੀ ਦੀ ਬਿਲਕੁਲ ਲੋੜ ਨਹੀਂ ਹੈ। ਇਹ ਜ਼ਿਆਦਾ ਪਾਣੀ ਜਦੋਂ ਪੈਂਦਾ ਹੈ ਉਸ ਟਾਈਮ 'ਤੇ
ਇਹਦੀ ਜਿਹੜੀ ਪ੍ਰੋਡਕਸ਼ਨ ਹੈ ਵਾ ਇਹਦਾ ਜਿਹੜਾ ਝਾੜ ਹੈ ਵਾ ਉਹ ਥੋੜ੍ਹਾ ਘੱਟ ਹੋ ਜਾਂਦਾ ਹੈ। ਸੰਦੀਪ ਜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਖੇਤੀ ਅਸੀਂ ਆ ਬਹੁਤ ਘੱਟ ਪਾਣੀ ਲੱਗਦਾ ਕਿਸੇ ਵੀ ਜਗ੍ਹਾ 'ਤੇ ਖੇਤੀ ਕਰ ਸਕਦੇ ਹਾਂ, ਈਵਨ ਤੁਸੀਂ ਕਿਹਾ ਬੰਜਰ ਜ਼ਮੀਨ 'ਤੇ ਵੀ ਕਰ ਸਕਦੇ ਹਾਂ। ਬਿਲਕੁਲ, ਖੇਤੀ ਸਾਡੀ ਹੋ ਗਈ, ਪ੍ਰੋਡਕਟ ਤਿਆਰ ਹੋ ਗਿਆ, ਹੁਣ ਇਹਨੂੰ ਆਪਾਂ ਵਰਤੋਂ 'ਚ ਕਿਵੇਂ ਲੈ ਕੇ ਆਉਣਾ, ਮੀਨ ਖਾਣਾ ਕਿਵੇਂ ਆ, ਕੀ ਆਪਾਂ ਇਹਦੀ ਕੁਕਿੰਗ ਵੀ ਕਰ ਸਕਦੇ ਹਾਂ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ 9 ਮਿਲਟਸ ਮੈਂ ਤੁਹਾਨੂੰ ਦੱਸੇ ਹੈ ਉਹਨਾਂ 'ਚੋਂ 3 ਮਿਲਟਸ ਤਾਂ ਇਹੋ ਜਿਹੇ ਹੈ ਜਿਹੜੇ ਕਿ ਕਣਕ ਵਰਗੇ ਹੈ, ਇਹ ਤੁਸੀਂ ਆਰਾਮ ਨਾਲ ਇਹਦੀ ਪ੍ਰੋਸੈਸਿੰਗ ਬਹੁਤ ਈਜ਼ੀ ਹੈ, ਜਿਹਦੇ 'ਚ ਰਾਗੀ ਹੈ, ਜਵਾਰ ਹੈ, ਬਾਜਰਾ ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ 6 ਮਿਲਟ ਹੈ, ਕੰਗਣੀ, ਕੋਦਰਾ, ਸਵਾਂ, ਕੁਟਕੀ, ਹਰੀ ਕੰਗਣੀ ਅਤੇ ਚੀਨਾ, ਇਹ ਚੌਲਾਂ ਦੀ ਵਰਾਇਟੀ ਹੈ ਅਤੇ ਇਹਨਾਂ ਦੇ ਉੱਪਰ ਜਿਹੜੀ ਛਿਲਕਾ ਹੁੰਦਾ ਹੈ ਉਹਨੂੰ ਪ੍ਰੋਸੈਸਿੰਗ ਕਰਕੇ ਹਟਾਉਣਾ ਪੈਂਦਾ, ਉਸ ਤੋਂ ਬਾਅਦ ਇਹ ਖਾਣੇ ਯੋਗ ਬਣਦੇ ਨੇ। ਜਦੋਂ ਅਸੀਂ ਇਹ ਚੀਜ਼ ਕਰ ਲਈ ਪ੍ਰੋਸੈਸਿੰਗ, ਔਰ ਪ੍ਰੋਸੈਸਿੰਗ ਯੂਨਿਟ ਇਸ ਟਾਈਮ ਪੰਜਾਬ ਦੇ ਵਿੱਚ 3 ਲੱਗੀਆਂ ਹੋਈਆਂ ਹੈ ਜਿੱਥੇ ਕਿ ਤੁਸੀਂ ਮਿਲਟਸ ਉਗਾ ਕੇ ਉਹਦੀ ਪ੍ਰੋਸੈਸਿੰਗ ਕਰਾ ਸਕਦੇ ਹੋ। ਇੱਕ ਬਟਾਲੇ ਦੇ ਵਿੱਚ ਹੈ ਵਾ, ਇੱਕ ਸੰਗਰੂਰ 'ਚ ਹੈ ਜ਼ਿਲ੍ਹੇ 'ਚ, ਔਰ ਇੱਕ ਜੈਤੋ 'ਚ ਹੈ ਵਾ, ਖੇਤੀ ਵਿਰਾਸਤ ਮਿਸ਼ਨ ਦੇ ਹੈੱਡ ਆਫਿਸ 'ਚ, ਅਤੇ ਉੱਥੇ ਅਸੀਂ ਮਿਲਟਸ ਉਗਾ ਕੇ ਪ੍ਰੋਸੈਸਿੰਗ ਉਹਦੀ ਕਰਾ ਸਕਦੇ ਹਾਂ। ਉਸ ਤੋਂ ਬਾਅਦ ਪ੍ਰੋਸੈਸਿੰਗ ਕਰਾਉਣ ਤੋਂ ਬਾਅਦ ਇਹਦੇ ਖਾਣੇ ਦੀ ਗੱਲ ਆਉਂਦੀ ਹੈ ਕਿ ਇਹਨੂੰ ਖਾਣਾ ਕਿਸ ਤਰ੍ਹਾਂ ਹੈ, ਅਸੀਂ ਉਗਾ ਲਿਆ ਫਿਰ ਖਾਣਾ ਕਿਸ ਤਰ੍ਹਾਂ ਹੈ। ਖਾਣੇ 'ਚ ਹੁਣ ਜਦੋਂ ਅਸੀਂ ਸਟਾਰਟ ਕੀਤਾ ਸੀ ਮਿਲਟਸ ਦੀ ਖੇਤੀ ਬਾਰੇ ਔਰ ਮਿਲਟਸ ਨੂੰ ਖਾਣ ਬਾਰੇ, ਖੇਤੀ ਵਿਰਾਸਤ ਮਿਸ਼ਨ ਬੜੇ ਸਾਲਾਂ ਤੋਂ ਗੱਲ ਕਰ ਰਿਹਾ, 2007 ਤੋਂ ਇਹਦੀ ਗੱਲ ਚੱਲ ਰਹੀ ਹੈ, 2007 ਤੋਂ ਮੇਲੇ ਲੱਗ ਰਹੇ ਹੈ ਜਿਨ੍ਹਾਂ 'ਚ ਕਿ ਮਿਲਟਸ ਦੇ ਵਿਅੰਜਨ ਬਣਾਏ ਜਾਂਦੇ ਹੈ। ਮਿਲਟਸ ਤੋਂ ਇਹੋ ਜਿਹਾ ਕੁਛ ਨਹੀਂ ਹੈ ਜਿਹੜਾ ਅਸੀਂ ਨਹੀਂ ਬਣਾ ਸਕਦੇ, ਹਰ ਇੱਕ ਚੀਜ਼ ਜਿਹੜੀ ਅਸੀਂ ਕਣਕ ਤੋਂ ਬਣਾ ਸਕਦੇ ਹਾਂ, ਜਿਹੜੀ ਅਸੀਂ ਚੌਲਾਂ ਤੋਂ ਬਣਾ ਸਕਦੇ, ਉਹ ਸਾਰਾ ਹੀ ਕੁਛ ਅਸੀਂ ਮਿਲਟਸ ਤੋਂ ਬਣਾ ਸਕਦੇ ਹਾਂ। ਇਹਦੇ 'ਚ ਅਸੀਂ ਪੁਲਾਓ ਬਣਾਉਂਦੇ ਹਾਂ, ਖਿਚੜੀ ਬਣਾਉਂਦੇ ਹਾਂ, ਦਲੀਆ ਬਣਾ ਰਹੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਤਰ੍ਹਾਂ ਤਰ੍ਹਾਂ ਦੇ ਚਾਵਲ ਦੀ ਵੈਰਾਈਟੀਜ਼ ਬਣਾਉਂਦੇ ਹਾਂ, ਜਿਸ ਤਰ੍ਹਾਂ ਲੈਮਨ ਰਾਈਸ ਹੋ ਗਿਆ, ਟਮੈਟੋ ਰਾਈਸ ਹੋ ਗਿਆ। ਇਸ ਤੋਂ ਇਲਾਵਾ ਅਸੀਂ ਸਾਊਥ ਇੰਡੀਅਨ ਇਡਲੀ, ਡੋਸਾ, ਉਹ ਵੀ ਸਾਰਾ ਮਿਲਟਸ ਤੋਂ ਬਣਦਾ ਹੈ। ਫਿਰ ਅਸੀਂ ਰੋਟੀ ਵੀ ਬਣਾਉਂਦੇ ਹਾਂ, ਕੜਾਹ ਵੀ ਬਹੁਤ ਟੇਸਟੀ ਕੜਾਹ ਬਣਦਾ ਹੈ, ਖੀਰ ਬਣਦੀ ਹੈ, ਪੂੜੀਆਂ ਬਣਦੀਆਂ, ਪਰਾਂਠੇ ਬਣਦੇ ਹੈ, ਹਰ ਇੱਕ ਚੀਜ਼ ਜੋ ਅਸੀਂ ਅੱਜ ਕਣਕ ਔਰ ਚੌਲਾਂ ਤੋਂ ਬਣਾ ਰਹੇ ਹਾਂ ਉਹ ਸਾਰਾ ਹੀ ਕੁਛ ਅਸੀਂ ਮਿਲਟਸ ਤੋਂ ਬਣਾਉਂਦੇ। ਜੀ ਜੀ, ਅਤੇ ਸੰਦੀਪ ਜੀ ਜਿੱਦਾਂ ਤੁਸੀਂ ਗੱਲ ਕਰਦੇ ਸੀ ਪ੍ਰੋਸੈਸਿੰਗ ਦੀ ਗੱਲ ਕੀਤੀ ਹੈ, ਹਾਂਜੀ, ਹੁਣ ਆਪਾਂ ਜਦੋਂ ਮੈਂ ਇੱਕ ਕਿਸਾਨ ਦੇ ਤੌਰ 'ਤੇ ਸੋਚਦਾ ਹਾਂ, ਮੈਂ ਜਿਹੜੀਆਂ ਫਸਲਾਂ ਬੀਜਦਾ ਹਾਂ ਉਹਨਾਂ ਦੇ ਵਿੱਚੋਂ ਮੈਨੂੰ ਪੂਰਾ ਝਾੜ ਮਿਲਦਾ ਔਰ ਮੈਨੂੰ ਉਹਦੇ ਵਿੱਚੋਂ ਮੇਰੀ ਜੇਬ 'ਚ ਪੈਸੇ ਵੀ ਆਉਂਦੇ ਆ ਸਾਲ, ਹਾਂਜੀ ਬਿਲਕੁਲ। ਹੁਣ ਜੇ ਮੈਂ, ਤੁਸੀਂ ਕਹਿੰਦੇ ਆ ਵੀ ਉਹ ਛੱਡ ਦੇਵਾਂ, ਮੈਂ ਮਿਲਟ ਸਾਲੂ ਆ ਜਾਵਾਂ, ਬਿਲਕੁਲ ਠੀਕ ਆ, ਅਤੇ ਮੈਂ ਕਾਹਤੇ ਆਵਾਂ, ਕੀ ਮੇਰਾ ਜਿਹੜਾ ਝਾੜ ਆ ਮੇਰੀ ਜੇਬ 'ਚ ਜਿਹੜੀ ਮੇਰੀ ਆਮਦਨ ਆ ਉਹ 19 ਆਊਗੀ ਜਾਂ ਕੁਛ ਘਟੂਗੀ, ਜਾਂ ਜਦੋਂ ਅਸੀਂ ਖੇਤੀ ਸ਼ੁਰੂ ਕਰਦੇ ਹਾਂ ਤਾਂ ਅਸੀਂ ਪੂਰਨ ਤੌਰ 'ਤੇ ਇਹਦੇ ਆ ਲਾ ਜਾਈਏ ਜਾਂ ਹੌਲੀ 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 ਕਰਕੇ ਥੋੜ੍ਹੇ ਥੋੜ੍ਹੇ ਖੇਤ ਕਰਕੇ ਅਸੀਂ ਇੱਧਰ ਨੂੰ ਆਈਏ, ਇਹਦੇ ਬਾਰੇ ਥੋੜ੍ਹੀ ਜ਼ਿਆਦਾ ਦੱਸੋ ਸਾਨੂੰ। ਹਾਂਜੀ ਤੇਜਪਾਲ ਜੀ, ਦੇਖੋ ਅਸੀਂ ਹੁਣ ਜਿਸ ਤਰ੍ਹਾਂ ਮਿਲਟਸ ਨੂੰ ਪ੍ਰਮੋਟ ਕਰ ਰਹੇ ਹਾਂ ਅਤੇ ਅਸੀਂ ਕਿਸੇ ਨੂੰ ਵੀ ਪਹਿਲੀ ਵਾਰ ਪੂਰਾ ਦਾ ਪੂਰਾ ਆਪਣਾ ਖੇਤੀ ਨੂੰ ਬਦਲਣ ਨੂੰ ਕਦੀ ਨਹੀਂ ਆਉਂਦੇ, ਅਜੇ ਬਹੁਤ ਸਾਰੀ ਜਾਣਕਾਰੀਆਂ ਸਾਨੂੰ ਨਹੀਂ ਹੈ, ਬੜੀ ਸਾਰੀ ਟੈਕਨੀਕਸ ਅਸੀਂ ਡਿਵੈਲਪ ਕਰ ਰਹੇ ਹਾਂ ਹੌਲੀ ਹੌਲੀ, ਬੜੇ ਸਾਰੇ ਤਜੁਰਬੇ ਹੋ ਰਹੇ ਆ ਜਿਹਦੇ 'ਚ ਕਿ ਸਟਾਰਟ ਜਦੋਂ ਅਸੀਂ ਕੀਤਾ ਸੀ ਤਾਂ ਕਾਫੀ ਸਾਰੀਆਂ ਦਿੱਕਤਾਂ ਵੀ ਆਈਆਂ, ਪਰੇਸ਼ਾਨੀਆਂ ਆਈਆਂ, ਅਤੇ ਇਸ ਕਰਕੇ ਕਦੀ ਵੀ ਪੂਰੀ ਖੇਤੀ ਇੱਕੋ ਵਾਰ ਬਦਲਣ ਦੀ ਤਾਂ ਗੱਲ ਕਰਨੀ ਨਹੀਂ ਚਾਹੀਦੀ, ਇਹ ਸਮਝਦਾਰੀ ਨਹੀਂ ਹੈ। ਹੌਲੀ ਹੌਲੀ ਸਿਰਫ ਆਪਣੇ ਘਰ ਜੋਗੀ ਇੱਕ ਐਕਸਪੈਰੀਮੈਂਟ ਕਰਕੇ ਆਪਣੇ ਤਜੁਰਬੇ ਨੂੰ ਵਧਾਇਆ ਜਾਏ, ਹੌਲੀ ਹੌਲੀ ਇਸ ਚੀਜ਼ ਤੇ ਆਇਆ ਜਾਏ, ਔਰ ਜਦੋਂ ਇੱਕ ਤੁਹਾਡੇ ਕੋਲ ਪੱਕਾ ਤਜੁਰਬਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਿੰਨੀ ਮਰਜ਼ੀ ਰਕਬਾ ਆਪਣਾ ਮਿਲਟਸ ਦੇ ਅੰਡਰ 'ਚ ਲੈ ਆਓ। ਦੂਸਰੀ ਚੀਜ਼ ਹੈ ਵਾ ਕਿ ਜਿਸ ਤਰ੍ਹਾਂ ਤੁਸੀਂ ਝਾੜ ਦੀ ਗੱਲ ਕੀਤੀ ਕਿ ਝਾੜ ਹੈ ਔਰ ਪੈਸਾ ਬਹੁਤ ਜ਼ਿਆਦਾ ਹੈ ਦੂਸਰੀ ਖੇਤੀ 'ਚ ਔਰ ਇਹਦੇ 'ਚ ਨਹੀਂ ਹੈ, ਤੇ ਜੇ ਅਸੀਂ ਪੂਰੀ ਇਕਨੋਮਿਕਸ ਨੂੰ ਸਮਝੀਏ ਤੇ ਖੇਤੀ 'ਚ ਅੱਜ ਜੇ ਅਸੀਂ ਗੱਲ ਕਰੀਏ ਕਿ ਕੋਈ ਕਮਾਈ ਹੈ ਤੇ ਕਮਾਈ ਦੇਖਿਆ ਜਾਏ ਤੇ ਨਹੀਂ ਹੈ। ਅੱਛਾ, ਜੇ ਅਸੀਂ ਕੈਮੀਕਲ ਖੇਤੀ ਦੀ ਵੀ ਗੱਲ ਕਰੀਏ, ਜੇ ਕਣਕ ਔਰ ਝੋਨੇ ਦੀ ਵੀ ਗੱਲ ਕਰੀਏ ਤੇ ਜਿੰਨੀ ਸਾਡੀ ਕਮਾਈ ਹੈ ਉਸ ਤੋਂ ਵੱਧ ਸਾਡੇ ਖਰਚੇ ਹੈ, ਕਿਉਂਕਿ ਉਹਦੇ 'ਚ ਖਾਦਾਂ ਪੈ ਰਹੀਆਂ, ਇੰਨਾ ਸਾਰਾ ਕੁਛ ਹੋ ਰਿਹਾ ਹੈ ਉਹਦੇ ਵਿੱਚ, ਇਹੋ ਜਿਹੀਆਂ ਸਪਰੇਵਾਂ ਪੈ ਰਹੀਆਂ, ਫਿਰ ਬੀਜ ਵੀ ਅੱਜ ਕਿਸੇ ਕੋਲ, ਕਿਸੇ ਕਿਸਾਨ ਕੋਲ ਆਪਣਾ ਬੀਜ ਨਹੀਂ ਹੈ, ਬਿਲਕੁਲ, ਬੀਜ ਤੋਂ ਲੈ ਕੇ
हर एक चीज बारों खरीदी जा रही है, खादा बारों खरीदिया जा रही है, जी जी। बीज बारों खरीदे जा रहे हैं, स्प्रेवा बारों खरीदिया जा रही है, तो कोई फायदे का सौदा तो है नहीं है। और मंडी च भी अज एक बहुत जड़ी मैनू तकलीफ भी दिंदी है कि एक किसान दे मुंह ए सुन नू मिलदा है कि असी अपनी फसल नू सुट्टन जा रहे हैं मंडी च। हां जी हां जी हां, ते फसल वर्गी चीज जेड़ा अनाज है जेड़ा हाडा टेड भरदा है उसनू असी सुट्टन दी गल कर रहे हैं कि असी सुट्टन जा रहे हैं, क्योंकि ओदी कीमत सही कीमत कोई ला ही नहीं सकदा। अनाज दी जेड़ी सही कीमत है वह एक भुखा बंदा ही ला सकदा है। बिल्कुल जी बिल्कुल, कि ओदे बिना जिंदगी नहीं है। बिल्कुल, ते जेड़ा असी मंडियां च जा जा के सुट रहे हैं वह ते खेती है ही नहीं है। दूसरी चीज़ यह है कि जे चलो असी कुछ कमा भी रहे हैं, हाड़ी जेब च कुछ आ भी रहा है, तो वह फिर वापस जा कित्थे रहा है? वापस असी फिर डॉक्टरां नू और हॉस्पिटलां नू दे रहे हैं जी, क्योंकि वह खाण पीन दे नाल सेहतां हड्डियां खराब हो रही हैं, बीमारियां हड्डियां वध रही हैं। तो अज जे देखा जाए तो किसान पूरे घाटे च ही जा रहा है, कोई फायदे च नहीं जा रहा जी। ਜਦੋਂ ਅਸੀਂ ਮਿਲਟਸ ਦੇ ਉੱਪਰ ਪੂਰੀ ਤਰ੍ਹਾਂ ਕਨਵਰਟ ਹੋਵਾਂਗੇ ਤੇ ਇੱਕ ਤੇ ਇਹ ਹੋ ਨਹੀਂ ਸਕਦਾ, ਜਿਹੜਾ ਇੱਕ ਮੋਨੋਕਲਚਰ ਹੈ ਵਾ ਅੱਜ ਸਾਡੀ ਖੇਤੀ 'ਚ ਵੀ ਆ ਗਿਆ ਹੈ ਕਿ ਸਿਰਫ ਕਣਕ ਝੋਨਾ ਇਹ ਖੇਤੀ ਦਾ ਤਰੀਕਾ ਹੀ ਨਹੀਂ ਹੈ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਅਲੱਗ ਅਲੱਗ ਤਰ੍ਹਾਂ ਦੇ ਅਨਾਜ ਚਾਹੀਦੇ, ਉਸ ਤਰ੍ਹਾਂ ਜ਼ਮੀਨ ਨੂੰ ਵੀ ਆਪਣੇ ਪੋਸ਼ਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀਆਂ ਫਸਲਾਂ ਚਾਹੀਦੀਆਂ। ਜ਼ਮੀਨ 'ਚ ਸਾਨੂੰ ਦਲਹਨ ਵੀ ਚਾਹੀਦੇ ਆ, ਤਿਲਹਨ ਵੀ ਚਾਹੀਦੇ ਆ, ਔਰ ਅਨਾਜ ਵੀ ਚਾਹੀਦੇ ਆ। ਬਿਲਕੁਲ, ਸਬਜ਼ੀਆਂ ਵੀ ਉਗਾਉਣੀਆਂ ਚਾਹੀਦੀਆਂ। ਜਦੋਂ ਅਸੀਂ ਬਦਲ ਬਦਲ ਕੇ ਫਸਲਾਂ ਉਗਾਵਾਂਗੇ ਤੇ ਜ਼ਮੀਨ ਨੂੰ ਆਟੋਮੈਟਿਕਲੀ ਇੰਨੇ ਪੋਸ਼ਕ ਤੱਤਵ ਮਿਲ ਜਾਣੇ ਆ ਕਿ ਬਾਹਰੋਂ ਕੁਛ ਵੀ ਸਾਨੂੰ ਪਾਉਣ ਦੀ ਲੋੜ ਨਹੀਂ ਹੈ ਜੀ। ਉਹ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ। ਇਕੱਲੇ ਮਿਲਟਸ ਦੇ ਨਾਲ ਅਗਰ ਅਸੀਂ ਜਿਸ ਤਰ੍ਹਾਂ ਕਣਕ ਝੋਨਾ ਅੱਜ ਉਗਾ ਰਹੇ ਹਾਂ, ਜੇ ਉਸੇ ਤਰੀਕੇ ਦੇ ਨਾਲ ਅਸੀਂ ਮਿਲਟਸ ਨੂੰ ਲਾਈਏ ਕਿ ਅਸੀਂ ਇਕੱਲੇ ਮਿਲਟਸ ਹੀ ਮਿਲਟਸ ਉਗਾਈ ਜਾਵਾਂਗੇ, ਉਹ ਵੀ ਜ਼ਮੀਨ ਦੀ ਸਿਹਤ ਵਾਸਤੇ ਕੋਈ ਬਹੁਤ ਚੰਗੀ ਚੀਜ਼ ਨਹੀਂ ਹੈ। ਤੁਹਾਨੂੰ ਬਦਲ ਚਾਹੀਦਾ ਹੈ ਕਿ ਫਸਲਾਂ ਦੇ ਵਿੱਚ ਜੇ ਅਸੀਂ ਮਿਲਟਸ ਵੀ ਲਾ ਰਹੇ ਹਾਂ ਅਤੇ ਨਾਲ ਅਸੀਂ ਦਾਲਾਂ ਵੀ ਲਾਈਏ, ਨਾਲ ਅਸੀਂ ਤਿਲਹਨ ਵੀ ਲਾਈਏ, ਤਾਂ ਕਿ ਸਾਡਾ ਸਾਰਾ ਦਾ ਸਾਰਾ ਜਿਹੜਾ ਭੋਜਨ ਹੈ ਅਸੀਂ ਆਪਣੀ ਜ਼ਮੀਨ ਤੋਂ ਖੁਦ ਹੀ ਕੱਢੀਏ ਜੀ। ਹੁਣ ਇਸ ਟਾਈਮ ਜਿਹੜਾ ਅਸੀਂ ਇਹਨਾਂ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਾਂ, ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਅਸੀਂ ਇੱਕ ਪਿੰਡ ਨੂੰ ਇਹੋ ਜਿਹਾ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਇਹੋ ਜਿਹਾ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ 'ਚ ਕਿ ਸਾਨੂੰ ਪਿੰਡ 'ਚੋਂ ਬਾਹਰੋਂ ਕੁਛ ਵੀ ਖਰੀਦਣ ਦੀ ਲੋੜ ਨਾ ਪਏ। ਅੱਛਾ ਜੀ, ਸਾਡੀਆਂ ਸਾਰੀਆਂ ਲੋੜਾਂ ਆਪਣੇ ਹੀ, ਕੋਈ ਕਿਸਾਨ ਦਾਲਾਂ ਲਾ ਰਿਹਾ ਹੈ, ਕੋਈ ਮਿਲਟਸ ਲਾ ਰਿਹਾ ਹੈ, ਕੋਈ ਤੇਲ ਵਾਲੀ ਕੋਈ ਚੀਜ਼ ਲਾ ਰਿਹਾ ਹੈ, ਕੋਈ ਗੰਨਾ ਲਾ ਰਿਹਾ ਹੈ ਤੇ ਗੁੜ ਆਪਣੇ ਘਰ ਦਾ ਹੋ ਜਾਏ। ਹਰ ਇੱਕ ਫਸਲ ਜੋ ਵੀ ਸਾਡੇ ਘਰ ਦੀਆਂ ਲੋੜਾਂ ਹੈ ਉਹ ਸਾਰੀਆਂ ਸਾਡੇ ਪਿੰਡ 'ਚੋਂ ਹੀ ਪੂਰੀਆਂ ਹੋਣ, ਨਾ ਕਿ ਸਾਨੂੰ ਬਾਹਰੋਂ ਬਾਜ਼ਾਰੋਂ ਕੁਛ ਲਿਆਉਣਾ। ਜਦੋਂ ਤੋਂ ਬਾਜ਼ਾਰੀਕਰਨ ਹੋ ਗਿਆ ਚੀਜ਼ਾਂ ਦਾ ਉਦੋਂ ਤੋਂ ਸਾਡਾ ਪੈਸਾ ਬਾਹਰ ਹੀ ਜਾ ਰਿਹਾ। ਅੱਜ ਜੇ ਤੁਸੀਂ ਆਪਣੇ ਘਰ ਵਿੱਚ ਕੈਲਕੂਲੇਸ਼ਨ ਹੀ ਕਰੋ, ਸ਼ਹਿਰਾਂ 'ਚ ਤੇ ਚਲੋ ਲੋਕਾਂ ਦੀ ਮਜਬੂਰੀ ਹੈ ਕਿਉਂਕਿ ਉਹਨਾਂ ਕੋਲ ਜ਼ਮੀਨ ਨਹੀਂ ਹੈ, ਪਿੰਡਾਂ 'ਚ ਵੀ ਅੱਜ ਕੋਈ ਆਪਣੇ ਘਰ ਜੋਗੀ ਸਬਜ਼ੀ ਨਹੀਂ ਬੀਜ ਰਿਹਾ ਜੀ ਜੀ। ਹਰ ਰੋਜ਼ ਦੀ ਘੱਟੋ ਘੱਟ 100 ਰੁਪਏ ਦੀ ਸਬਜ਼ੀ ਹਰ ਘਰ ਵਿੱਚ ਲੱਗਦੀ ਹੈ, ਮਹੀਨੇ ਦੀ 3000 ਦੀ ਅਸੀਂ ਸਬਜ਼ੀ ਖਾ ਰਹੇ ਹਾਂ ਜੀ, ਤੇ ਉਹ ਪੈਸਾ ਬਾਹਰ ਹੀ ਜਾ ਰਿਹਾ। ਹਾਂ ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਇਹ ਜਿਹੜੀ ਤੁਸੀਂ ਗੱਲ ਕਰਦੇ ਆ ਤੇ ਕਿਸੇ ਵੀ ਇੱਕ ਚੀਜ਼ ਮਗਰ ਇੰਨਾ ਨਾ ਪੈ ਜਾਓ ਵੀ ਤੁਸੀਂ ਉਹਦੇ ਨਾਲ ਹੀ ਬੱਜੇ ਰਹੋ, ਹਨਾ। ਬਿਲਕੁਲ ਜੀ, ਜਿੱਦਾਂ ਸਾਡੇ ਸਰੀਰ ਨੂੰ ਅਲੱਗ ਅਲੱਗ ਚੀਜ਼ਾਂ ਦੀ ਲੋੜ ਹੈ ਜੀ, ਇਸੇ ਤਰ੍ਹਾਂ ਸਾਨੂੰ ਉਗਾਉਣਾ ਵੀ ਅਲੱਗ ਅਲੱਗ ਹੀ ਚਾਹੀਦਾ, ਧਰਤੀ ਨੂੰ ਵੀ ਉਸ ਚੀਜ਼ ਦੀ ਬੜੀ ਲੋੜ ਹੈ ਜੀ ਜੀ। ਫਿਰ ਇਹਦੇ 'ਚ ਦੂਸਰੀ ਜਿਹੜੀ ਚੀਜ਼ ਹੈ ਕਿ ਜਦੋਂ ਅਸੀਂ ਉਗਾਵਾਂਗੇ ਚੀਜ਼ਾਂ, ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਮੰਡੀਕਰਨ ਦਾ ਕੀ ਪ੍ਰਬੰਧ ਹੈ ਜੀ, ਜਦੋਂ ਤੱਕ ਅਸੀਂ ਮੰਡੀਕਰਨ ਦੇ ਚੱਕਰ ਵਿੱਚ ਫਸੇ ਰਵਾਂਗੇ ਉਦੋਂ ਤੱਕ ਅਸੀਂ ਫਿਰ ਡਾਇਵਰਸੀਫਿਕੇਸ਼ਨ ਵੱਲ ਆਵਾਂਗੇ ਹੀ ਨਹੀਂ, ਅਸੀਂ ਫਿਰ ਮੋਨੋਕਲਚਰ ਵੱਲ ਜਾਵਾਂਗੇ। ਬਿਲਕੁਲ, ਮੋਨੋਕਲਚਰ ਕਦੀ ਵੀ ਸਿਹਤਮੰਦ ਹੋ ਨਹੀਂ ਸਕਦਾ। ਫਿਰ ਜੇ ਮਿਲਟਸ ਨੂੰ ਵੀ ਉਸੇ ਤਰੀਕੇ ਦੇ ਨਾਲ, ਇਹੋ ਹੀ ਕਣਕ ਝੋਨੇ ਦੇ ਤਰੀਕੇ ਦੇ ਨਾਲ ਹੀ ਉਗਾਇਆ ਜਾਏਗਾ, ਮੋਨੋਕਲਚਰ ਵਿੱਚ ਲੈ ਕੇ ਜਾਇਆ ਜਾਏਗਾ, ਮੰਡੀਕਰਨ ਲੱਭਿਆ ਜਾਏਗਾ, ਫਿਰ ਇੱਕ ਦਿੱਕਤ ਆਏਗੀ ਕਿ ਝਾੜ ਦੀ, ਕਿ ਸਾਡੇ ਕੋਲ ਇੰਨਾ ਝਾੜ ਨਹੀਂ ਹੈ। ਮਿਲਟਸ ਦਾ ਝਾੜ ਘੱਟ ਹੁੰਦਾ ਹੈ, ਹਾਲਾਂਕਿ ਮਿਲਟਸ ਲੱਗਦੇ ਵੀ ਘੱਟ ਹੈ ਕਣਕ ਝੋਨੇ ਦੇ ਨਾਲੋਂ। ਜਦੋਂ ਅਸੀਂ ਕਣਕ ਖਾਂਦੇ ਹਾਂ ਜਾਂ ਚਾਵਲ ਖਾਂਦੇ ਹਾਂ, 1 ਕਿਲੋ ਚਾਵਲ ਦੇ ਨਾਲ ਮੁਸ਼ਕਿਲ ਨਾਲ 5 ਮੈਕਸੀਮਮ 6 ਲੋਕ
खाना खा सकते, इस तो वध नहीं खा सकते जी। पर एक किलो मिलेट्स दे नाल 15 to 20 लोग खाना खा सकते है जी। और रजवा खा सकते है। अच्छा जी। क्योंकि ये फाइबर कंटेंट बहुत हाई हुंदा है ते तुसी ओवर ईटिंग कदी कर ही नहीं सकते हो जी। संदीप जी तुसी बहुत बढ़िया गल दसी भी इहदी पौष्टिक वैल्यू बहुत ज्यादा है, फाइबर बहुत ज्यादा हुंदा। देखो पंजाब का जिहड़ा किसान आ उन्हें पूरी दुनिया के तजर्बे करके साबित कर दिता भी वह कुछ भी उगा सकता ते पैदा कर सकता राइट। तो पर अज यह समा आ कि जदों असी मिलट्स की गल करते हैं कुछ व्यापारक की भी गल हुंदी है, पर सेहत की जे आप गल लैके चलीए अज हर एक व्यक्ति लई सेहत एक जड़ा आ वो एक मेन मसला है कि मेरी सेहत ठीक ठाक रहे मैं डॉक्टर को घट तो घट जावा। तो मिलट्स जे असी खाने तो साड़ी सेहत पर की असर पैंदा और इस तो अलावा जिहड़ी इहदी पौष्टिक वैल्यू आ फाइबर तो अलावा वो होर किन्नी क पौष्टिकता तो बहुत ज़्यादा है इन्हां अनाजों दे विच क्योंकि कई तरह के पौष्टिक तत्व जे असी रागी की गल करिए मड्डल जिन्हों पंजाबी मड्डल भी कहिंदे रागी दे विच कैल्शियम की भरपूरता है। कैल्शियम का इन्ना वड्डा सोर्स होर कोई भी अनाजों दे विच होर कोई नहीं है जी। अज हर कोई कैल्शियम की कमी के नाल जूझ रहा है, कैल्शियम के टैबलेट लेने हैं, कैल्शियम के टैबलेट के अलग साइड इफेक्ट है कि वह किडनी स्टोन बनाता है ना। तो लेडीज़ नू आज कमर का दर्द, बच्चे है थोड़ा जहा खेड लेंदे है थक जाते हैं, दर्दा शुरू हो जाती है, कैल्शियम की कमी हर शरीर के है वा। तो कैल्शियम का रिचेस सोर्स है वा रागी। उस तो बाद असी बाजरे की गल करिए तो बाजरे जिन्ना आयरन तुहानू किसी दूसरे अनाज के नहीं मिल सकता, आयरन का भरपूर स्रोत बाजरे च है वा। आयरन की कमी के नाल भी अज पंजाब दे विच हर एक लेडीज़ का हीमोग्लोबिन घट है, बच्चों का हीमोग्लोबिन घट है, तो वो आयरन कॉन्टेंट बहुत हाई है जी। इस तो बाद जे असी अपने 5 मिलट्स ते आईए जिन्हां नू असी श्री अन्य श्री धान्य भी आने हैं जिन्हां च कंगनी कोदरा कुटकी स्वांक और हरी कंगनी, ये 5 मिलट्स मेन है जेडे साडे शरीर की सफाई करते हैं, ये साडे शरीर के अलग अलग अंगा की सफाई करते हैं। जिहड़ी कंगनी है ये कंगनी साडी नर्व्स हड्डियां जिहड़ियां नसा है बरीक नसा है उन्हां दे अंदर किसी भी तरीके का कोई भी टॉक्सिन्स जमा होया है तो उन्हों साफ करके शरीर चो बाहर कढ दिंदा है। कोदरा साडे ब्लड के अंदर जो टॉक्सिन्स जमा है वा उन्हों बाहर कढ दिंदा है, उन्हों प्यूरीफाई करता है। उस तो बाद हरी कंगनी जिहड़ी है ये हड्डियां आतां की सफाई करती है, आतां की क्लिनजिंग करती है। जिहड़ी कुटकी है लिटिल मिलेट आंदे है वो हाडे रीप्रोडक्टिव सिस्टम रीप्रोडक्टिव हेल्थ नू ठीक करती है। रीप्रोडक्टिव सिस्टम दे अंदर कोई भी गंदगी है कोई टॉक्सिन्स है उन्हों उदी सफाई करती है। अजकल लेडीज़ दे विच रसौलियाँ और हार्मोन्स इनबैलेंस बहुत ज़्यादा आम हो चुकिया है। स्वांक जिहड़ा है स्वांक हाडे लीवर की सफाई करता है, लीवर के अंदर जिहड़े भी टॉक्सिन्स है उन्हां नू बाहर कढ़दा है, हाडे शरीर की पूरी सफाई करता है। ये 5 मिलट्स शरीर के एक एक अंग चो टॉक्सिन्स बाहर कढ़ के इस तरीके नाल उदी सफाई करते हैं कि उन्हां दे नाल जुड़ी हुई कोई भी बीमारी हाडे शरीर च होए ते वह बीमारी ठीक हो जाती है। ठीक है जी। प्रोसैसिंग ते मंडीकारी उहदे बारे सानू थोड़ा जिहा दसो भी इहनू किद्दां असीं प्रोसैस करना ते इहदे विच जिहड़ी मंडीकारी आ। हुण मैं मिलट्स उगा लै ते मैं मंडी लै जावां ਉੱਥੇ ਅੱਗੇ ਮੰਡੀ ਵਾਲਿਆਂ ਨੂੰ ਨਾ ਪਤਾ ਹੋਵੇ ਭਾਈ ਇਹ ਹੈ ਕੀ ਆ, ਉਹਨਾਂ ਨੂੰ ਇਹ ਨਾ ਪਤਾ ਹੋਵੇ ਵੀ ਇਹਦਾ ਕਰੀਏ ਕੀ। ਬਿਲਕੁਲ। ਤੇ ਉਹਦੇ ਨਾਲੋਂ ਤੁਸੀਂ ਕਿਹੜੇ ਤਰੀਕੇ ਨਾਲ ਇਹਦੀ ਮੰਡੀਕਾਰੀ ਕਰਦੇ ਹੋ ਉਹ ਵੀ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ ਤਾਂ ਕਿ ਅਸੀਂ ਉੱਧਰ ਨੂੰ ਸੋਚ ਸਕੀਏ। ਜੀ ਬਿਲਕੁਲ। ਦੇਖੋ ਤੇਜਪਾਲ ਜੀ ਜਿਹੜਾ ਅਸੀਂ ਤਰੀਕਾ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ ਉਹ ਇਹ ਹੈ ਕਿ ਕਿਸਾਨ ਉਗਾ ਰਿਹਾ ਹੈ ਔਰ ਉਹਨੂੰ ਪ੍ਰੋਸੈਸਿੰਗ ਆਪਣੇ ਹੀ ਪਿੰਡ ਦੇ ਵਿੱਚ ਉਸ ਚੀਜ਼ ਦੀ ਪ੍ਰੋਸੈਸਿੰਗ ਕੀਤੀ ਜਾਏ ਜੀ, ਉਹਦੇ ਤੋਂ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਣ ਔਰ ਫਿਰ ਆਪਣੇ ਹੀ ਬੱਚਿਆਂ ਕੋਲੋਂ ਮਾਰਕੀਟਿੰਗ ਕਰਾਈ ਜਾਏ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਅੱਜ ਇਹ ਵੀ ਹੈ ਵਾ ਕਿ ਇੱਥੇ ਰੁਜ਼ਗਾਰ ਹੈ ਨਹੀਂ ਹੈ ਔਰ ਸਾਡੇ ਜਿਹੜੇ ਬੱਚੇ ਆ ਸਾਡੀ ਜਿਹੜੀ ਪੀੜ੍ਹੀ ਹੈ ਨੌਜਵਾਨ ਉਹ ਸਾਰੀ ਬਾਹਰ ਜਾਈ ਜਾ ਰਹੀ ਹੈ। ਉਸ ਚੀਜ਼ ਵਾਸਤੇ ਇੰਪੋਰਟੈਂਟ ਹੈ ਵਾ ਕਿ ਜੇ ਅਸੀਂ ਇਹੋ ਜਿਹਾ ਇੱਕ ਸਿਸਟਮ ਇੱਥੇ ਤਿਆਰ ਕਰੀਏ ਜਿਹਦੇ 'ਚ ਨਾ ਸਿਰਫ ਮਿਲਟਸ ਬਲਕਿ ਅੱਜ ਜਿਹੜਾ ਟਾਈਮ ਹੈ ਸਿਹਤ ਸਿਰਫ ਮਿਲਟਸ ਦੇ ਨਾਲ ਹੀ ਨਹੀਂ, ਇੰਨੀਆਂ ਸਿਹਤ ਅੱਜ ਖਰਾਬ ਹੋ ਰਹੀ ਹੈ, ਇੰਨਾ ਜ਼ਿਆਦਾ ਕੈਮੀਕਲ ਪੈ ਰਿਹਾ ਹੈ, ਜ਼ਹਿਰਾਂ ਪੈ ਰਹੀਆਂ ਹੈ ਫਸਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ, ਉਹਦੇ ਕਰਕੇ ਸਿਹਤ ਖਰਾਬ ਹੋ ਰਹੀ ਹੈ। ਅਤੇ ਅਸੀਂ ਬਿਨਾਂ ਜ਼ਹਿਰਾਂ ਤੋਂ ਬਿਨਾਂ ਕੈਮੀਕਲ ਤੋਂ ਚੀਜ਼ਾਂ ਉਗਾਈਏ
आप खुद वरतीए और उस तो बाद जो हाडे को बचता है उनु प्रोसेस करके असी कंज्यूमर तक पहुंचाइए। बिल्कुल, इस प्रोसेस दे विच असी कम करांगे, असी पूरा दा पूरा पिंड इनवॉल्व होवांगे। एक एक जाने दा कम नहीं है, एक जाने दे कम दे नाल नहीं हो सकदा। इहदे विच सानू या तो कुछ परिवार मिल के करन, 10-15 परिवार मिल के करन, या फिर पूरा पिंड जे आ सकता है तो बहुत वधिया है। पूरा पिंड मिल के इस चीज़ नू करे और उनू उत्थे ही पिंड दे वेच ही चीज़ां प्रोसेस कीतियां जान, होर वैल्यू एडिशन कीती जाए। वैल्यू एडिशन करके अपने ही बच्चों नू मार्केटिंग ते लाया जाए, क्योंकि जे बच्चे बाहर जाके किसी होर वास्ते नौकरियां कर सकते तो अपने वास्ते क्यों नहीं कर सकते। बिल्कुल बिल्कुल। देखो आज जी तुसी संदीप जी गल कीती है ना जी, रविंदर जी ओ कहंदे हुंदे आ नाले पुन्न नाले फलियां। बिल्कुल तेजबाज जी, दोवें चीजां आ गईयां जी। एक तां साडी सेहत वधिया रहूगी जी, ते दूजा मैनूं लगदा पई इहदे नाल साडी जिहड़ी आमदन आ उहदे च वी साडा वाधा होऊगा। किसान वीरो ते भैणो, उम्मीद है कि तुसी सब आपो अपने घरां च खुशियां खेड़ियां नाल वस रहे होवोगे। खुशियां खेड़ियां नाल ते वसणा ही है, पर उहदे नाल नाल समें दे नाल नाल जो बदलाव साडी खेती च ते साडे खाण पीण च होने चाहीदे आ उह वी करने आ। जिवें अज संदीप जी हुणी दस्सिया कि मिलेट्स साडी इक रवायती खेती दा वधिया बदल हो सकदा, ते इहदे वल आपां सोचणा वी है। मिलेट्स दी खेती वी करनी है ते खाण पीण च वी इहनूं अपनाउणा है, ते दूजिआं नूं वी जागरूक करना कि भाई मिलेट्स वल चलीए। हुण सानूं दिओ इजाजत। संदीप जी तुसीं बहुत वधिया जानकारी दित्ती, तुहाडा बहुत बहुत धन्नवाद। जय हिंद जी। जय हिंद।